ਪਤਾ ਨਹੀਂ ਦੰਮੀ ਨਾਲ ਉੱਠ ਕੇ ਕਿਤੇ ਨਿਕਲ ਗਿਆ ਦੱਸਿਆ ਪੁੱਛਿਆ ਹੀ ਮੈਨੂੰ ਤਾਂ ਕੋਈ ਨਹੀਂ ਸੋ ਅੱਜ ਆਂਦਾ ਪਿਆ ਹੀ ਅਖੇ ਪਾਸਪੋਰਟ ਮੇਰਾ ਬਾਹਰ ਗਿਆ ਮੇਰਾ ਸਵਾਂਜ ਲੈਂਦਾ ਕੋਈ ਨਹੀਂ ਪਿਆ ਤੇ ਪਾਸਪੋਰਟ ਬਾਹਰ ਗਿਆ ਤੇ ਤਿਆਰੀਆਂ ਹੁੰਦੀਆਂ ਪਈਆਂ ਬਾਹਰ ਜਾਵਾਂ ਦੀ ਹੱਥ ਹੋ ਗਈ ਹੈ ਕਿਦੇ ਗਈ ਹੋਇਆ कुछ वीजा दा करदा वदा मो वीजा अप्लाई कीता है वीजा दो दिन दे विच आ जावना वाह बल्ले तेरीयां तैयारियां मैं तो तेरी समझ नहीं आंदी कि खुश हो के हुन मैंने गल ओ मैं खुश हां अल्लाह तैनू खैर ना ले जावे ते अल्लाह तेरीयां तरक्कियां करे तका छड्डे ते मोड़े जी गल्ला क्यों करदी भाई गल्ला इस तो करदी पई है मेरा ब्याह साहब ओ भाई जमान ब्याह तेरी गाय बैठी होई है ना मेरे कोल कोई बंदा ते ना बंदे दी जात हो हैं तू जानदा पे है बाहर इत मैनू तो शरीका गल्ला कर कर के मार छड़ा है जवान भैन छड़ के आप उदा कमाई कर वाग गया ते भैन इत्थे कमाई कर दी पई मेरीयां गल्ला भैरियां ते लग गईयां तेरा के मतलब भैन इत्थे कमाई कर दी ते पता कोई नु गंदी बिरादरी दा की आंदे नु ए जदों ब्याह भैन जवानां नु छड़ के वाग जांदे ना कुआरियां नु ते अगले पिछों ही ओ गल्ला करदे तेरा हुण मैं कदे रिश्ता करे ना और के किदाई की मतलब किदाई मेरा जो रिश्ता अली नाल होयो होया तू ना ना गल कर अली नाल हां ते होयो होया नहीं अच्छा अली नाल मैं करना तेरा रिश्ता ते जदो होई होई गल लो एड्डी भी कोनी खड़ाई होई मेनू की आंदा पया जदो गल बात होई होई ते एदे विच के गल ओला अपने चाचे दे बूहे ते बैठा है मैं पागे ना के मैं जनाब उस नाल गल करा ए दस जदा ना पियो फोत होया ओस एदे को दिलचस्पी लई तेरे आले पासे ओस मेनू को याख्या है के घर ना ले अगर वो आवे या ना ते मैं करना कोना हे को वेला चाची ਦੇ ਪੱਲੇ ਨੂੰ ਖਾਂਦਾ ਪਿਆ ਹੈ ਤੇ ਉਹਨੂੰ ਮਰਿਸ਼ਾ ਦੇ ਚੜਾ ਮੋੜ ਕਿਹੜੇ ਬੂਹੇ ਆਵੇ ਐਂ ਤਾਂ ਨਾ ਆਖੋ ਸਹੀ ਆ ਨਾ ਪਿਆ ਮੈਂ ਉਹ ਕਿਹੜੇ ਬੂਹੇ ਤੇ ਹਲਾ ਹੈ ਮੈਂ ਦੱਸੋ ਉਹਨੂੰ ਆਪਣੀ ਜਗ੍ਹਾ ਤੇ ਰੱਖ ਕੇ ਵੇਖਾ ਵੀ ਇੱਕ ਚਾਚੇ ਦੇ ਬੂਹੇ ਤੇ ਬੈਠੋ ਆ ਤੇ ਉਹਨੂੰ ਤੂੰ ਪਹਿਲੇ ਉਹਦਾ ਖਾਂਦਾ ਪਿਆ ਉਤੋਂ ਉਹਨੂੰ ਆਖੇ ਭਈ ਜਬਦੀ ਉਹ ਸ਼ਾਦੀ ਕਰਾ ਜਬਦੀ ਉਹ ਸ਼ਾਦੀ ਕਰਾ ਉਹ ਸਾਖਾ ਭਈ ਅਜੀਬ ਆਗ ਚਾਵੇਂ ਆਈ ਆ ਚੁੱਲੇ ਦੀ ਸਾਵੇਂ ਬਾਵੇਂ ਭਈ ਨਾ ਉਸ ਤੇ ਕੋਈ ਕੰਮ ਦੰਦਾ ਨਾ ਉਹ ਆਪ ਕਮੈਂਦਾ ਨਾ ਉਹ ਕਮਾ ਸਕਦਾ ਹੈ ਉਹ ਸਾਰੀ ਜ਼ਿੰਦਗੀ ਤੈਨੂੰ ਭੁੱਖਿਆ ਮਾਰਦਾ ਜਦੋਂ ਮੇਰੇ ਨਾਲ ਸ਼ਾਦੀ ਹੋ ਗਈ ਨਾ ਉਹ ਬਸ ਕਰ ਤੂੰ ਇਹ ਸੋਚ ਨਾ ਛੱਡ ਦੇ ਅੱਛਾ ਬੋ ਮੈਨੂੰ ਟੰਗ ਲਾਈ ਜਾਵੀਂ ਹਾਂ ਮੈਂ ਗੱਲ ਉਸੇ ਅਲੀ ਨਾ ਕਰ ਉਸ ਤੋਂ ਬਾਅਦ ਜੇ ਨਹੀਂ ਅਲੀ ਨਾਲ ਤਾਂ ਮੈਂ ਕਰਨੀ ਕੋਈ ਨਹੀਂ ਮੈਂ ਵੀ ਮੋਈ ਮੰਗੇਤਾ ਹੀ ਕੋਈ ਨਹੀਂ ਵਟਾਵਾਂ ਇੱਕ ਵਾਰ ਤੂੰ ਉਹਦੇ ਨਾਲ ਗੱਲ ਕਰ ਜੇ ਉਹ ਗੱਲ ਅਗਰ ਉਹ ਜਵਾਬ ਦੇ ਛੱਡੇ ਆਖੇ ਮੈਂ ਨਹੀਂ ਕਰ ਸਕਦਾ ਮੋਈ ਤੈਨੂੰ ਭਾਵੇਂ ਉਹ ਤੇ ਕਾਲੇ ਚੋਰ ਨੂੰ ਕੋਈ ਆ ਜਾਂਦਾ ਪਿਆ ਬੰਦਾ ਟੱਪੇ ਨਾ ਅਗਰ ਅਗਰ ਕਿਸੇ ਕਾਲੇ ਚੋਰ ਜੇ ਰਹਿ ਜਾਂਦੇ ਨਿਮਣਾ ਤਾਂ ਮੈਂ ਤੇ ਮੋੜ ਮੋਸ ਅਲੀ ਖਾਨ ਨਾਲ ਗੱਲ ਕਰ ਲਵਾਂ ਉਹਦੀ ਵੀ ਤਾਂ ਮਜਬੂਰੀ ਵੇਖ ਨਾ ਉਹਦੀ ਕੀ ਮਜਬੂਰੀ ਹੈ ਉਹ ਆਪਣਾ ਘਰ ਨਹੀਂ ਬਣਾ ਸਕਦਾ ਉਹ ਲੁੱਲਾ ਹੈ ਅੱਛਾ ਮੈਂ ਤੈਨੂੰ ਜੇ ਗੱਲ ਕੀਤੀ ਹੈ ਉਹਦੇ ਨਾਲ ਗੱਲ ਕਰਕੇ ਤੇ ਮੋਹ ਭਾਵੇਂ ਤੂੰ ਦੁਬਈ ਜਾ ਤੇ ਭਾਵੇਂ ਅਮਰੀਕਾ ਜਾ ਤੇ ਭਾਵੇਂ ਜਿੱਦੇ ਜਾ ਕਸਮ ਨਾਲ ਮੇਰਾ ਦਿਲ ਕੋਈ ਨਹੀਂ ਲੈਣ ਕਰਨ ਵਾਸਤੇ ਮੈਨੂੰ ਪਤਾ ਤੂੰ ਚੱਲ ਤੇ ਦੇਵ ਦੀ ਗੱਲ ਮੈਂ ਨਹੀਂ ਕਰਦੀ ਮੈਨੂੰ ਇਹ ਪਤਾ ਸਾਰੀ ਜ਼ਿੰਦਗੀ ਤੋਂ ਤੇ ਅਜ਼ਾਬ ਲੈਣੇ ਨਾ ਨਹੀਂ ਅਜ਼ਾਬ ਉਹ ਦਿੰਦਾ ਮੈਂ ਕਿ ਹੋਰ ਮੈਨੂੰ ਜਾਂਦਾ ਮੈਨੂੰ ਦੋ ਹੋਰ ਦੁਬਈ ਲੇਕਿਨ ਮੈਂ ਤੇਰੇ ਰਿਸ਼ਤੇ ਕਰਾਂ ਚੰਗੀ ਜਗ੍ਹਾ ਤੂੰ ਇੱਕ ਵਾਰ ਗੱਲ ਤਾਂ ਮੇਰਾ ਵਿਆਹ ਕਰ ਕੇ ਉਹਨੂੰ ਵੇਖੋ ਤੂੰ ਤਾਂ ਰੱਟਾ ਕੀ ਪਕਾਈ ਬੈਠਾ ਤੂੰ ਤਾਂ ਇਹੀ ਗੱਲਾਂ ਕਰਦਾ ਪਿਆ ਜਿਵੇਂ ਉਹਦੇ ਨਾਲ ਤੇਰੀ ਕੋਈ ਦੁਸ਼ਮਣੀ ਨਹੀਂ ਉਹਨੂੰ ਐਡੀ ਤਾਂ ਗੱਦਰ ਹੁੰਦੇ ਚਾਚੇ ਲੈ ਕੇ ਆ ਜਾਵੇ ਇੱਥੇ ਉਹ ਚਾਚੇ ਨੂੰ ਲੈ ਕੇ ਆ ਜਾਵੇ ਅੱਲਾ ਦੇ ਬੰਦੇ ਆ ਉਹ ਚਾਚੇ ਕੋਲ ਆਪ ਗਿਆ ਉੱਥੇ ਬੰਦਾ ਬੈਠਾ ਹੈ ਉੱਥੇ ਖਾਂਦਾ ਬੈਠਾ ਹੈ ਉਹ ਕਿਵੇਂ ਚਾਚੇ ਨੂੰ ਬੂਹੇ ਤੇ ਲੈ ਕੇ ਆ ਜਾਵੇ ਭੈਣ ਤੂੰ ਕਿਸ ਨਾਲ ਬੈੜੀ ਤਾਂ ਹੋਈ ਕੋਈ ਨਾ ਹੈ ਜਿਹੜਾ ਮੈਂ ਦਿੰਗੀ ਉਹਨੂੰ ਜਿਹਦਾ ਅੰਮਾ ਮੇਰੀ ਗੱਲ ਸੁਣ ਨਾ ਜਿਹਦਾ ਅੰਮਾ ਪਿਓ ਸੇਵ ਤੇ ਹੁੰਦਾ ਹੈ ਨਾ ਉਹ ਨਾਜ਼ ਨਖਰੇ ਹੁੰਦੇ ਨੇ ਵੱਖਰੇ ਤੇ ਜਿਹਦਾ ਅੰਮਾ ਪਿਓ ਸੇਵ ਤੇ ਨਹੀਂ ਨਾ ਹੁੰਦਾ ਤੇ ਪਰਾਏ ਚੁੱਲੇ ਤੇ ਬਹਿ ਕੇ ਖਾਣਾ ਹੁੰਦਾ ਹੈ ਉੱਥੇ ਗੱਲ ਵੀ ਜੱਕੇ ਨਾਲ ਕਰਨੀ ਹੁੰਦੀ ਹੈ ਬੰਦੇ ਉਹ ਮੇਰੇ ਨਾਲ ਜੱਕ ਤੂੰ ਕਰਨੀ ਸੀ ਉਹ ਉਹਦੇ ਵਾਸਤੇ ਤਾਂ ਵੱਡਾ ਹੈ ਇੱਕ ਵਾਰੀ ਤਾਂ ਉਸ ਉਹਦੇ ਨਾਲ ਗੱਲ ਕਰਨੀ ਹੈ ਤੇ ਅਗਾ ਗੱਲ ਹੋਵਾਂ ਹੀ ਹੈ ਨਾ ਅਖੀਰ ਹੋ ਗਈ ਹੈ ਭਾਈ ਓਏ ਤੂੰ ਆ ਮੇਰਾ ਇਹਦਾ ਉਦਾਈਆਂ ਦੇ ਲੈ ਮੈਂ ਉਦਾਈਆਂ ਕਰਨਾ ਬਸ ਸਿੱਧੀ ਗੱਲ ਕਰ ਮੈਨੂੰ ਇੱਕ ਮੰਗੇਤਾ ਛੱਡ ਦਿੱਤਾ ਨਾ ਮੈਂ ਜੜੀ ਪਾਈ ਬੈਠੀ ਨਹੀਂ ਇੱਕ ਮੰਗੇਤਾ ਛੱਡ ਕੇ ਅਗਲਾ ਗਾਗਲਾ ਲੈ ਦਿੱਤਾ ਹੋਈ ਨਾ ਉਹਨਾਂ ਕਹੇ ਕਿ ਛੇ ਰੇਚੀ ਨੁਕਸਾਈ ਕੋਈ ਛੇ ਰੇਚੀ ਗਧੂ ਲੈ ਜੇਸ ਤੂੰ ਉਹ ਅਗਲਾ ਛੱਡ ਗਿਆ ਸੋ ਤੇ ਹੁਣ ਨਵਾਂ ਮੰਗੇਤਾ ਲੈ ਦਿੱਤਾ ਉੱਤੋਂ ਸਾਡੀ ਗੰਦੀ ਤੇ ਲੁੱਚੀ ਤੇ ਗੰਦੀ ਤਵੀਨ ਵੀ ਆ ਦਈ ਹੈ ਸਾਡੀ ਬਸ ਠੀਕ ਹੈ ਮੈਂ ਨਹੀਂ ਮਿਲਦਾ ਮੈਂ ਮੋੜ ਬਸ ਜਿਵੇਂ ਤੇਰੀ ਸਲਾਹ ਮੈਂ ਐਡੀ ਚੰਗੀ ਸਾਡੀ ਬਿਆਦਈ ਹੁੰਦੀ ਤਾਂ ਅਗਾ ਸਾਨੂੰ ਟੱਪਾ ਹੀ ਨਾ ਦੇਂਦੀ ਹੁਣ ਮੈਂ ਕਰਦਾ ਅੱਜ ਫੋਨ ਹੋ ਉਹਨੂੰ ਖੁਦਾ ਦਾ ਨਾਮ ਮੰਨ ਇੱਕ ਵਾਰ ਫੋਨ ਕਰ ਉਹਨੂੰ ਆਖ ਵੀ ਮੇਰਾ ਪਾਸਪੋਰਟ ਹੀ ਬਣ ਗਿਆ ਮੇਰਾ ਵੀਜ਼ਾ ਹੀ ਲੱਗ ਗਿਆ ਮੈਂ ਜਾਊਂਗਾ ਤੇ ਜਿਹੜਾ ਕੰਮ ਹੀ ਹੈ ਨਾ ਪਰ ਆਪਣਾ ਟਾਈਮ ਨਾ ਨਿਵੇਕ ਕੇ ਤੇ ਵੇਲਿਆਂ ਕਾ ਹਲਾ ਠੀਕ ਮੰਨ ਕਰਦਾ
ਆਏ ਹਾਲ ਆ ਗਿਆ ਸਹੀ ਆਂਦੇ ਦੋ ਵੀ ਕੋਈ ਕੁੱਤਾ ਆ ਗਿਆ ਵਿਆਹ ਨਾਲ ਆਪਣੀ ਸ਼ਾਦੀ ਦੀਆਂ ਗੱਲਾਂ ਖੁਦ ਕਰਨੀਆਂ ਪਏ ਅੱਜ ਮੇਰੀ ਅੰਮਾ ਜੀ ਬੈਠੀ ਹੁੰਦੀ ਤੇ ਪਿਓ ਸੇ ਤੇ ਹੁੰਦਾ ਤੇ ਆਪਣੇ ਮੂੰਹ ਮੈਂ ਵਿਆਹ ਨੂੰ ਸ਼ਾਦੀ ਦੀ ਕਿਹੜੀ ਗੱਲ ਕਰਨੀ ਆ ਇਹ ਵਗ ਜਾ ਸੀ ਦੁਬਈ ਤੇ ਪਿੱਛੋਂ ਅਗਲਿਆ ਮੈਨੂੰ ਵੰਡ ਵੰਡ ਕੇ ਨਾ ਉਹ ਸ਼ਾਦੀ ਤੋਂ ਪਹਿਲਾਂ ਹੀ ਮੈਨੂੰ ਦਸ ਬਾਲਾਂ ਦੀ ਮਾਂ ਬਣਾ ਛੱਡਿਆ ਨੀ खराब आई त्री दीवार दी छोरी तेन मैं आख्या बैली खान वा की मशीन बनवाई मेहनत गल कर लगना अज हौसला कर हौसला कर सारी जिंदगी हौसले च रखे नहीं घर दे कर सकदे मशीन पठिया खराब है ਹੁਣ ਉਹ ਵੀ ਮੈਂ ਕੰਜਰ ਜਾਵਣੀ ਹੈ ਤੂੰ ਬਣਵਾ ਲਿਆਵਣੀ ਹੈ ਤੇ ਤਾਂ ਡੋਰਨ ਪੱਠੇ ਪਾਉਣੇ ਤੇ ਤੂੰ ਵੱਡਾ ਹੈ ਤੇਰੀ ਜ਼ਿੰਮੇਵਾਰੀ ਹੋ ਜੂ ਹਰ ਚਿੱਤਰ ਆ ਕਰਕੇ ਤਾਂ ਨਿਕਲ ਵੈਂਦਾ ਤਾਂ ਕੋਈ ਡਰ ਮਰਨਾ ਪਏਗਾ ਤੂੰ ਤਾਂ ਤੇਰਾ ਤਾਂ ਮੁੱਕਦਾ ਹੀ ਨਹੀਂ ਸਿਆਪਾ ਹੀ ਨਹੀਂ ਓਨੀ ਓਨੀ ਜਿਹਨਾਂ ਤਿਆਰ ਕੇ ਛੁੜੀ ਵੇ ਨਾ ਓਨਵੀ ਓਨਵੀ ਉਹ ਮੋੜਾਂ ਦੇ ਮਤਲਬ ਉਹ ਲੂਬਣਾ ਤੇ ਲੜਨਾ ਅੱਬਾ ਬਸ ਕਰ ਚਾ ਅੱਬਾ ਜਾਂ ਤਾਂ ਇਹਸਾਨ ਕਰੀਵੇ ਨਾ ਜੇ ਕਰੀਵੇ ਤਾਂ ਜਿਤਾਵਣਾ ਨਹੀਂ ਚਾਹੀ ਪਾਣੀ ਤਾਂ ਦੇਣੀ ਜਿਤਾਵਣਾ ਨਹੀਂ ਚਾਹੀਦਾ ਆ ਗਿਆ ਜਨਾਬ ਤਰੀ ਦੀਵਾਰ ਦੀ ਮਸ਼ੀਨ ਖਰਾਬ ਹੈ ਤਰੀ ਦੀਵਾਰ ਦੀ ਅੱਛਾ ਕੀ ਕੀ ਹੋ ਗਿਆ ਕੁਝ ਨਹੀਂ ਹੋ ਗਿਆ ਡੋਰ ਭੁੱਖਿਆ ਕਰੋ ਤੈਨੂੰ ਅੱਛਾ ਜੁਮਾ ਆਇਆ ਤੇ ਜੁਮੇ ਵਾਲੇ ਤੇਰੇ ਦੁਕਾਨਾਂ ਬੰਦ ਆਂ ਤੇ ਉਸ ਤੋਂ ਬਾਅਦ ਗਿਆ ਦੁਕਾਨ ਤੇ ਆ ਕੋਈ ਨਾ ਬੰਦਾ ਅੱਛਾ ਤੇ ਜੁਮ ਪਹਿਲੇ ਵੀ ਜੁਮਾ ਆਈ ਉਸ ਤੋਂ ਪਹਿਲੇ ਹੀ ਜੁਮਾ ਆਈ ਤੇਰੀ ਵਾਰੇ ਹਰ ਵੇਲੇ ਜੁਮਾ ਹੋ ਜਾਂਦਾ ਲੈ ਦੱਸ ਜੇ ਕਦੀ ਸਾਹ ਲੈ ਕੇ ਗੱਲ ਕਰੇ ਜਗੜ ਗਈ ਆ ਚੁਰੂ ਬੋਲਿਆ ਕਦੀ ਨਹੀਂ ਤਾਂ ਵਾਸਤੇ ਨਹੀਂ ਅਜੇ ਤਾਈ ਤਾਂ ਤੂੰ ਕੋਈ ਨਹੀਂ ਬੋਲਦਾ ਪਈ ਤੂੰ ਬੜੀ ਹੈ ਚੁੱਪ ਹੈ ਚਾਚਾ ਕੋਈ ਕਿਸੇ ਹਰ ਵਕਤ ਲੜਾਈ ਨਹੀਂ ਚੰਗੀ ਆਉਂਦੀ ਚੁੱਪ ਕਰ ਛੋਰੇ ਕੋਈ ਕੋਈ ਕਾਲੜ ਵਾਲੀ ਗੱਲ ਤਾਂ ਤੂੰ ਮੈਨੂੰ ਉਹੀ ਦੱਸ ਛੋੜ ਇਹ ਜਣ ਚਿੱਕਾ ਤੇ ਪੜ ਚਿੱਕਾ ਤੁਸੀਂ ਬਾਹਰ ਆ ਤੇ ਮੈਂ ਹਿੱਕ ਆਏ ਉਹ ਦੇ ਨਾਲ ਹੀ ਪੂਰਾ ਮੇਰੇ ਨਾਲ ਹੀ ਪੂਰਾ ਦੀ ਨਾਲ ਹੀ ਪੂਰਾ ਚੁੱਪ ਕਰ ਤਾਂ ਕਿਉਂ ਚੁੱਪ ਕਰਾ ਕੈਸ ਤੂੰ ਕਰਾ ਸਿੰਘਾ ਦੇ ਚਾਹੇ ਓਏ ਯਾਰ ਵੇਲੇ ਸਿੰਘਾ ਤੇ ਚਾਹੇ ਕੋ ਤੂੰ ਬਹੁ ਪਹਾੜ ਢਾ ਕੇ ਆ ਵੈਨਾ ਜਿਹੜਾ ਤਰੀਖਾ ਤਰੀਖਾ ਆਣ ਸਹਰਮ ਦੇ ਕੀਤੇ ਨਹੀਂ ਸੁੱਖ ਦਾ ਸਾਲ ਲਵਣੀ ਨਾ ਦੇਂਦਾ ਅੱਛਾ ਪਾਣੀ ਪੀਵਾ ਤਾਂ ਕੋਈ ਦਿਮਾਗ ਚੱਚ ਦਾ ਕੱਢੋ ਮੇਰੇ ਦਿਮਾਗ ਖੱਡਾ ਹੈ हुकम करो जी तुसी गल ए है क्यों हसनैन दी कॉल आई आ मेरे हाल हां की करा ਸਨੈਨ ਪਿਆ ਦਾ ਜਣੇ ਤੇਰਾ ਪਿਓ ਰਿਸ਼ਤਾ ਕਰਨਾ ਹੈ ਤਾਂ ਉਸ ਘਰ ਛੱਡਿਆ ਤੇ ਉਸ ਤੋਂ ਬਾਅਦ ਤੋਂ ਨਾ ਹੁਣ ਤੇ ਵੱਲੀ ਵਾਰਸ ਬਣਿਆ ਨਾ ਤੂੰ ਪੁੱਛ ਪਰੀਤ ਕੀਤੀ ਅੱਛਾ ਉਹ ਪਿਆ ਦਾ ਵੀ ਅਗਰ ਮੰਗਣੀ ਹੋਈ ਹੋਈ ਜਗਰ ਠੋਠ ਹੋ ਅਗਰ ਮੇਰੀ ਭੈਣ ਦਾ ਲਾੜ ਵਲੇਟ ਲਵੇਂ ਤਾਂ ਮਤਲਬ ਅਗਰ ਸ਼ਾਦੀ ਕਰ ਲਵੇਂ ਤਾਂ ਆਏ ਦੇਖ ਆਈ ਤੂੰ ਦੇਖ ਖੁਦਾ ਦਾ ਵਸਤਾ ਨੇ ਕੋ ਪਹਿਲਾਂ ਤਾਂ ਖੜਾ ਤਾਂ ਹੋ ਜਾ ਹਾਂ ਉਹ ਤਾਂ ਮੈਂ ਤੇਰੀ ਸ਼ਾਦੀ ਕਰਾਂ ਅੱਗੇ ਤੂੰ ਖਾਂਦਾ ਪਿਆ ਮੈਂ ਤੇਰੀ ਰਾਨ ਨੂੰ ਇੱਥੇ ਕਿ ਧਕਿੰਦਾ ਰਹੀ जवान करके ना इतने तेन तेनू आ बाई रख सारे मोबाइल चेक की पूरा
ਐਦਾਂ ਹੀ ਬਾਈ ਲੰਮੀਆਂ ਕਰੇਂਦਾ ਉਦਾਂ ਹੀ ਬਾਈ ਲੰਮੀਆਂ ਕਰੇਂਦਾ ਤੇ ਮੈਂ ਕਿਹੜਾ ਕਿਤੇ ਚੱਲੀ ਪਈ ਅੱਛਾ ਉਹ ਪਿਆ ਦਾਈ ਹਾਂ ਹਾਂ ਇਸ ਕਿਦਾਈ ਮੈਂ ਦੇ ਲੈਣਾ ਤੂੰ ਕਿਦਾਈ ਨੂੰ ਚੱਲੀ ਪਈ ਹਾਂ ਅੰਦੇ ਕਰ ਦੇ ਕੁਝ ਨਹੀਂ ਹੁੰਦਾ ਦੀ ਮੰਗਣੀ ਹੋਈ ਹੈ ਬਾਲੜੀ ਨੂੰ ਨਾ ਚੰਬੇੜਾ ਉਹਨੂੰ ਕੁਝ ਨਾ ਇਹ ਮੈਂ ਦੱਸੋ ਅਗਰ ਮੈਂ ਕੁਝ ਕਰਨ ਜੋ ਕਹੁੰਦਾ ਅਗਰ ਮੇਰੇ ਕੋਲ ਕੁਝ ਹੁੰਦਾ ਤਾਂ ਮੋੜ ਮੈਂ ਇੱਥੇ ਬੈ ਕੇ ਥੋੜੀ ਤੁਹਾਡੀ ਇਤਨੀ ਗੱਲਾਂ ਚਾਚਾ ਬਰਦਾਸ਼ਤ ਕਰਨੀ ਹੈ ਮੋੜ ਮੈਂ ਆਪੇ ਕਰ ਲਵਾਂਗਾ ਗਾ ਦਾ ਬਸ ਤੇ ਅੱਲਾ ਦਾ ਨਾਮ ਇਸ ਟ੍ਰੈਫਿਕ ਨੂੰ ਛੱਡ ਆ ਜੇ ਲੈ ਪਿਆ ਉਹ ਮੈਂ ਤੇਰੇ ਹੱਥ ਤੇ ਜੁੜੇ ਨਾ ਉਹ ਛੋੜ ਦੇ ਪਰਨੇ ਵਾਲਾ ਓਏ ਇੱਥੇ ਬੁੱਧ ਬਣਿਆ ਛੋੜ ਕੇ ਗਾਲ ਪੈ ਗਏ ਫਿਰ ਛੋਰ ਚੁੱਪ ਕਰ ਗਿਆ ਮਾਇਰ ਗਾਲ ਸੁਣ ਓ ਤੂੰ ਗਾਲ ਤਾਂ ਇਹਨੂੰ ਕਰੇਂਦਾ ਪਿਆ ਵੱਡਾ ਜੂ ਹੈ ਤੂੰ ਅੱਛਾ ਹੈ ਮੋਢ ਜੂ ਬੈਠਾ ਹੈ ਤਾਂ ਸਿਰ ਨਾਲ ਨਹੀਂ ਕਰਨੀ ਤੋਰ ਕੇ ਗਵਾੜੀਆਂ ਨਾਲ ਵਾਂਝ ਕਰਨੀ ਸੀ ਓ ਜੂ ਪਿਆਦਾ ਬਈ ਜ਼ਾਰੀ ਗਾਲ ਜਿਨਾਂ ਦੀ ਧੀਆਂ ਜਵਾਨ ਬੈਠੀ ਓ ਮੈਂ ਨਭੂ ਹੈ ਤੇ ਅਗਲੇ ਨੂੰ ਨੀਂਦਰ ਨਹੀਂ ਆਂਦੀ ਅੱਛਾ ਸਮਝ ਆ ਗਈ ਮੇਰੀ ਧੀ ਵੀ ਜਵਾਨ ਹੈ ਮੈਨੂੰ ਵੀ ਪਤਾ ਸਾਡਾ ਸੱਤ ਪੁੱਤਰ ਕੋਈ ਨਹੀਂ ਪਤਾ ਇਹ ਹੀ ਨਾ ਇਸ ਗੱਲ ਇਹ ਪੁੱਤਰਾ ਤੂੰ ਘਾਟ ਕੋਈ ਨਹੀਂ ਘਾਟੀ ਕੋਈ ਨਹੀਂ ਕੋਈ ਨਾ ਚਾਚਾ ਮੇਰੀ ਗੱਲ ਸੁਣ ਜੇ ਅਗਰ ਉਹ ਦਸਵਾਂ ਜਾਂਦਾ ਪਿਆ ਪਤਨੀ ਹੋ ਸਕਦਾ ਓ ਛੋਹਰ ਦੇ ਸਿੱਧਾ ਨਾਲ ਸਾਡੀ ਧੀ ਦਾ ਕੋਈ ਚੰਗਾ ਸਵਾਜ ਬਣ ਵਈ ਸੀ ਹੈ ਤੂੰ ਆ ਕੋਈ ਗੱਲ ਹੈ ਕਰਨ ਵਾਲੀ ਅੱਜ ਕੀ ਵਿਸ਼ਾ ਹੈ ਮੈਂ ਇਸੇ ਤਾਂ ਲਾ ਛੱਡਾਂ ਇਹ ਤੇ ਫਨੀ ਮੈਂ ਤੇ ਲਾ ਛੱਡਾਂ ਮੈਂ ਆਪਣੀ ਧੀ ਦਾ ਕੁਝ ਨਾ ਬਣਾਈ ਤੂੰ ਆਇਆ ਕਰਨਾ ਵਾਦਾ ਹਰ ਘਰ ਸਮਾਨ ਜਾਣੇ ਤੇ ਅਸੀਂ ਜਾਣੇ ਮੇਰੀ ਪਹਿਲੇ ਗੱਲ ਤਾਂ ਸੁਣ ਲਵਾ ਅਸਲੈਨ ਪਿਆਦਾ ਮੈਂ ਜਾਵਾਂ ਬਾਹਰ ਤੇ ਉਹ ਆਦਾ ਪਿਆ ਮੈਂ ਅੱਜ ਬਾਹਰ ਜਾਣ ਤੋਂ ਪਹਿਲੇ ਆਪਣੇ ਭੈਣ ਦੇ ਜਿਹੜੀ ਸ਼ਾਦੀ ਕਰਕੇ ਜਾਵਾਂ ਅਗਰ ਤੂੰ ਸਨੇ ਵੱਲੀ ਵਾਰਿਸ ਬਣਦੇ ਤੇ ਫੋਨ ਮੈਂ ਭੈਣ ਆਪਣੀ ਉਹਨੂੰ ਆਪਣੇ ਬਾਹਰ ਜਾ ਤੂੰ ਭਵੇਂ ਅੰਦਰ ਜਾ ਅਸਾਂ ਇਹਨੂੰ ਸ਼ਾਦੀ ਕਾਇ ਨੂੰ ਕਰਨੀ ਮਿਹਰਬਾਨੀ ਕਰ ਅੱਛਾ ਮੇਰੇ ਪਿਓ ਨੇ ਰਿਸ਼ਤਾ ਕੀਤਾ ਤੇ ਮੇਰਾ ਦਿਲ ਨਹੀਂ ਆਦਾ ਕਿਉਂ ਉਹ ਤੇਰੇ ਪਿਓ ਕੀਤਾ ਇਹ ਤਾਂ ਮੁੜ ਕੀ ਅੱਜ ਤੂੰ ਕੀ ਕਮਾਉਂਦਾ ਰਹਿਣਾ ਤੂੰ ਇੰਜ ਕਰ ਨਾ ਮੇਰੀ ਗੱਲ ਸੁਣ ਤਰੀਖਾਂ ਬਣਨ ਦੀ ਲੋੜ ਨਹੀਂ ਅੱਛਾ ਹਾਂ ਉਹ ਚੋਰ ਬਾਹਰ ਵਗਵਈ ਸੀ ਚੋਰ ਉਹ ਵਾਕਈ ਉਹ ਸਹੀ ਆਦਾ ਪੇ ਮੈਂ ਆਪਣੇ ਵਦੇ ਵਦੇ ਚੋਰ ਦਾ ਕਰ ਲਵਾਂ ਅਸੀਂ ਉਹਦੀ ਟਿਕੜੀਆਂ ਜਿਹੜੇ ਮੈਂ ਚੋਰ ਕੋਣ ਬਣਵਾ ਰੱਖੇ ਨਾ ਜੇਵਰ ਮੈਂ ਉਹ ਦੇਨੀ ਆ ਮੈਂ ਉਹ ਚੋਰ ਦੀ ਟਿਕੜੀਆਂ ਵਲੇਟ ਕੇ ਲਾਇਆ ਨਹੀਂ ਆ ਅੱਲਾ ਪਾਕ ਉਹਦੀ ਦੁਆ ਨਾਲ ਸਾਨੂੰ ਦੇ ਸੀ ਤੇ ਮੈਂ ਆਪੇ ਦੇ ਓਏ ਓਏ ਜੀ ਵਾਸਤੇ ਮੋੜ ਮੈਂ ਬਣਵਾਈ ਸਰ ਤੇ ਬਣਵਾ ਲਈ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਵੀ ਬਾਹਰ ਦੇ ਆਪਣੇ ਬਣ ਜਾਂਦੇ ਤੇ ਸੱਕਾ ਚਾਚਾ ਜਿਹੜਾ ਉਸ ਵੇਖ ਲਾ ਓ ਯਾਰ ਸੱਕੇ ਚਾਚੇ ਦੀ ਨਹੀਂ ਓ ਯਾਰ ਕੋਈ ਜੀ ਨਹੀਂ ਆਂਦਾ ਫਿਰ ਕੀ ਹੋਇਆ ਮੇਰੇ ਨਸੀਬ ਕਿਉਂ ਮੇਰੇ ਸੱਗੋਂ ਪੈ ਗਈ ਹੋ ਤੂੰ ਵੀ ਤੇ ਤੇਰੀ ਮਾਂ ਵੀ ਬਲ ਆ ਜਾ ਮੈਂ ਤੂੰ ਖੁਦਾ ਦਾ ਨਾ ਮੈਂ ਇਹਦੀ ਸ਼ਾਦੀ ਕਾਇ ਨਹੀਂ ਕਰਨੀ ਬਸ ਹੋ ਕਾਇ ਨਹੀਂ ਕਰਨਾ ਕੋਈ ਕਰਨੀ ਬਣਾ ਹੈ ਆ ਕਾਇ ਲੈਣੀ ਆ ਲੰਮੇ ਦੰਦਾ ਵਾਲੀ ਵੇਖ ਲਈ ਆਈ ਹੁਣ ਪੁੱਛੋ ਛੜੇ ਨਾ ਪਿਆ ਵਈ ਨਾ ਖਲੋ ਮੈਂ ਤਾਈ ਮਵਾ ਸੁਣ ਦੇ ਮੇਰੀ ਗੱਲ ਸੁਣ ਚਾਚੀ ਗੱਲ ਤੁਸੀਂ ਜਿਹੜੀ ਨਾ ਉਹ ਸੀਰੀਅਸ ਮੇਰੇ ਨਾਲ ਸਨੈਨ ਗੱਲ ਕੀਤੀ ਉਹ ਪਿਆ ਮੇਰਾ ਪੁੱਤਰ ਮੇਰੀ ਗੱਲ ਸੁਣ ਲਾ ਮਾਂ ਤੇਰੀ ਕਾਇ ਨਹੀਂ ਨਾ ਮੈਂ ਬੈਠੀ ਠੀਕ ਹੈ ਨਾ ਤੂੰ ਬੇਪਰੇਸ਼ਾਨ ਨਾ ਹੋ ਇਹ ਨਾ ਮੈਂ ਇਹ ਨਹੀਂ ਸਿੱਧਾ ਕਰੇ ਸੋਡੇ ਦੀ ਬਦਰੀ ਯਾਰ ਨਾ ਬਤਾ ਮੇਰਾ ਨਾਮ ਯਾਦ ਤੂੰ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਨਹੀਂ ਮੈਨੂੰ ਹੋਰ ਟੈਨਸ਼ਨ ਕਾਹ ਨਹੀਂ ਮੈਂ ਨਵੇਂ ਕੋਈ ਡਾ ਪਰਨੀਵਣ ਦਾ ਸ਼ੌਕ ਹੈ ਤੈਨੂੰ ਪਤਾ ਮੈਂ ਤਾਂ ਇਸ ਬਾਰੇ ਸੋਚਿਆ ਹੀ ਕਦੀ ਨਹੀਂ ਮੈਂ ਉਹ ਉਸ ਮੈਨੇ ਇਹ ਗੱਲ ਕੀਤੀ ਵਿਆਜ ਵੀ ਕਰਨਾ ਹੈ ਤੇ ਕਾਲ ਵੀ ਕਰਨਾ ਹੈਗਾ ਤੂੰ ਕੋਈ ਕਰਨਾ ਤਾਂ ਮੋੜ ਨਹੀਂ ਉਹ ਠੀਕ ਆਦਾ ਪਿਆ ਉਸ ਤੋਂ ਮੇਰੇ ਨਾਲ ਉਸ ਤੋਂ ਮੇਰੇ ਨਾਲ ਬੜੀ ਸਖਤੀ ਨਾਲ ਗੱਲ ਕੀਤੀ ਹੈ ਉਹ ਮੇਰੀ ਗੱਲ ਸੁਣੇ ਨਾ ਮੇਰਾ ਪੁੱਤਰ ਤੂੰ ਵਿਰਾ ਵੀ ਵਿਰਾ ਹੀ ਹੈ ਨਾ ਵਿਰਾ ਵੀ ਹੈ ਪਿਓ ਵੀ ਬੈਠਾ ਮੈਂ ਵੀ ਦਮ ਨਾਲ ਆ ਸਾਡੀ ਧੀ ਨੂੰ ਤਹਫੁਜ਼ ਹੈ ਤੇ ਜੇ ਅਗਰ ਉਹ ਛੂਰ ਕੱਲਾ ਸ਼ੋਦਾ ਹੈ ਉਹ ਅਖੀਰ ਉਹ ਆਦਾ ਚਲੋ ਮੈਂ ਬਾਹਰ ਇਹ ਗੱਲ ਨਹੀਂ ਦੱਸਣਾ ਚਾਚੀ ਅਗਰ ਅੱਜ ਮੇਰੀ ਵਾਸਤੇ ਚਾਚਾ ਕਰੇ ਸੀ ਹਾਂ ਤੇ ਕੱਲ ਮੋੜੇ ਮੇਰਾ ਕੋਈ ਨਹੀਂ ਦਿਲ ਕਰਨਾ ਕਿ ਮੈਂ ਸਾਦੀਆ ਵਾਸਤੇ ਕੁਝ ਕਰਾਂ ਹੈ ਮੇਰੇ ਜਲੇ ਨੌਕਰੀ ਲੱਗ ਜਾਸੀ ਤੇ ਮੈਂ ਮੇਰੇ ਤੇ ਭਰੋਸਾ ਹੈ ਹੀ ਨਾ ਕਿ ਕੋਈ ਨਾ ਬਸ ਮੋੜ ਮੈਂ ਤੇ ਭਰੋਸਾ ਰੱਖ ਤੂੰ ਪਰੇਸ਼ਾਨ ਨਾ ਹੋ ਮੈਂ ਇਹ ਨੂੰ ਆਪੇ ਸੀ ਦੇਵਾਂ ਚਲੋ ਠੀਕ ਹੈ ਉਸ ਨਾਲ ਚਾਚਾ ਵਾ ਦੇ ਨਾ ਰਿਛਾਂ ਦੇ ਵਾਟ ਕਲੰਦਰ ਜਾਣ ਦੇ ਤੇ ਵਾਟ ਮੈਂ ਚੰਗੀ ਰੀ ਜਾਣੀ ਤੈਨੂੰ ਮੈਂ ਬੜਾ ਸੀ ਦੇਵਾਂ ਕਰ ਲਈ ਸਾ ਮੁਲਾਕਾਤ ਕਰ ਲਵੇ ਮਿਲ ਲਵੇ ਭੈਣ ਮੇਰੇ ਨੂੰ ਕਾਲ ਲੱਗੀ ਹੋਈ ਉਸ ਨਾਲ ਗੱਲ ਕਰ ਉਸ ਨਾਲ ਗੱਲ ਕਰ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਬਾਈ ਘਰ ਨੇ ਸੱਦੇ ਤੇ ਇੱਥੇ ਬਾਹਰ ਖਲੋਤੇ ਹੋ ਤੇ ਘਰ ਯਾਰ ਅਹੀਂ ਘਰ ਕੌਣ ਸੀ ਦਿੰਦਾ ਹੈ ਨਹੀਂ ਉਸੇ ਘਰ ਦੇ ਆਖਰ ਮੈਂ ਜ਼ਹਿਰੀ ਗੱਲ ਉਹਦੇ ਮੰਗਣੀ ਹੋਈ ਹੋਈ ਮੰਗਣੀ ਹੋਈ ਹੈ ਲੇਕਿਨ ਅਜੇ ਤੱਕ ਕਹੀਏ ਤਾਂ ਹੈ ਕੋਈ ਨਜ਼ਰੀ ਗੱਲ ਕੋਈ ਪਰਾਇਆ ਘਰ ਤਾਂ ਹੈ ਕੋਈ ਨਾ ਮੇਰੀ ਵਾਸਤੇ ਚਲੋ ਬਾਹਰ ਸਦੇ ਨੇ ਕੋਈ ਮਸਲਾ ਕੋਈ ਚਲੋ ਕੰਮ ਉਸੀ ਥਾਂ ਹੀ ਸਾਧ ਲਈ ਨੇ ਕੋਈ ਮਸਲਾ ਬਸ ਸ਼ਰੀਕਨ ਚਲੇ ਨਾ ਬਾਹਰ ਸਦੇ ਨਹੀਂ ਤੇ ਇਹ ਮੈਂ ਦੱਸੋ ਬਈ ਤੁਸੀਂ ਅੱਗੇ ਮਤਲਬ ਇਤਨਾ ਦੇ ਗੱਲ ਕੋਈ ਨਹੀਂ ਹੋਈ ਚੁੱਪ ਚਾਪ ਰਹੀ ਤੇ ਹੁਣ ਅਚਾਨਕ ਇੰਜ ਤੁਸੀਂ ਆਖਿਆ ਅਲੀ ਚੁੱਪ ਚਾਪ ਰਹੀ ਚੁੱਪ ਚਾਪ ਤੇਰੇ ਲਈ ਰਹੀ ਹੈ ਅਖੀਰੀ ਹੁਣ ਮੈਨੂੰ ਵੀ ਬੋਲਣਾ ਪੈ ਗਿਆ ਮੈਂ ਹੀ ਗੱਲ ਕੀਤੀ ਹੈ ਤੈਨੂੰ ਤਾਂ ਖਿਆਲ ਹੈ ਕੋਈ ਨਾ ਮੇਰੀ ਗੱਲ ਸੁਣੋ ਬਾਈ ਮੈਂ ਅੰਦਰ ਬਾਹਰ ਨਿਕਲਿਆ ਮੈਂ ਸਿਰ ਤੈਨੂੰ ਪਤਾ ਉਹਦੇ ਬਾਹਰ ਜਾਣ ਵਾਸਤੇ ਮੈਂ ਤਿਆਰ ਹਾਂ ਮੁਸੇ ਇਸ ਮਗਰ ਮੈਂ ਰੁਕਿਆ ਹੋਇਆ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੁਣ ਮੇਰੀ ਗੱਲ ਸੁਣੋ ਨਾ ਗੱਲ ਇਹ ਹੈ ਕਿ ਤੁਹਾਨੂੰ ਇਸ ਗੱਲ ਦਾ ਪਤਾ ਕਿ ਜਦੋਂ ਤਾਂ ਮੇਰੇ ਵਾਲਿਦ ਸਾਹਿਬ ਫੌਤ ਹੋਏ ਨਾ ਮੇਰੇ ਆਪਣੇ ਗੁਜ਼ਾਰੇ ਮੈਂ ਬਿਲਕੁਲ ਡਾਵਾਂਡੋਲ ਹੋ ਹਾਂ ਬਿਲਕੁਲ ਤੂੰ ਤਾਂ ਮੈਂ ਚਾਚੇ ਦੇ ਕੋਲ ਰਹਿੰਦਾ ਪਿਆ ਤੁਹਾਨੂੰ ਪਤਾ ਪਰਾਈ ਰੋਟੀ ਖਾਣੀ ਤੇ ਮੋੜ ਉਹਨਾਂ ਦੀ ਗੱਲਾਂ ਸੁਣਨੀਆਂ ਕਿਤਨੀ ਮੁਸ਼ਕਿਲ ਗੱਲ ਹੈ
ਪਰਾਈ ਰੋਟੀ ਬੰਦਾ ਕਿਉਂ ਖਾਂਦਾ ਮੈਂ ਜਦੋਂ ਤਾਈ ਨੌਕਰੀ ਲੁੱਲ ਨਾ ਤੇ ਤੂੰ ਲੁੱਲ ਐ ਨਾ ਤੂੰ ਮੁਤਾਜ ਐ ਮੈਂ ਨੌਕਰੀ ਦੇ ਇੰਤਜ਼ਾਰ ਕਰ ਜਿਵੇਂ ਨੌਕਰੀ ਲੱਗਣੀ ਨੌਕਰੀ ਮਤਲਬ ਤੂੰ ਘਰ ਬੈਠੇ ਹੋਣਾ ਨੌਕਰੀ ਵਾਲੇ ਆਮਣਾ ਨਹੀਂ ਨਹੀਂ ਇੰਟਰਵਿਊ ਦਿੱਤੇ ਹਾਂ ਮੈਂ ਇੱਕ ਦੋ ਪਾਸੇ ਸੀਵੀਆਂ ਵੀ ਗਲੀਆਂ ਹੋਈਆਂ ਜਿਵੇਂ ਕੋਈ ਨੌਕਰੀ ਵਾਲੇ ਪਾਸੇ ਸਾਥ ਆਉਣਾ ਨਾ ਤੇ ਮੈਂ ਵਗ ਜਾਵਣਾ ਅੱਛਾ ਮੈਂ ਗੱਲ ਇਹ ਮੁੱਕਦੀ ਮੁਕਾ अगली गल तो सुनो चाचे गल हुई चाचा उस टाइम कावड़े चा लेकिन चाची जेड़ी उस मेनु दिलासा दिता है चाचा भी तो अपनी जगह से सच्चा है क्योंकि मुड़ जो बंदा मुफ्त रोटियां खावे ना मुड़ शादी शुरू से गल करे ते तेरा बारह चाय बैठे नाल मुड़ हूँ भाई असनैन गल तो सच्ची है इस गल कूड़ कोई नहीं पर थोड़ा भी हक नहीं बनता मैं हकीकत गल अगे बहुत दुखी है इस गल वास्ते चलो यार एक बंदा घर बहा के खवाइंदा पे तू तू गल सुना ही रखे चौबी घंटे कोई अल्लाह दिन भी बंदा वेख लेंदा कि अल्लाह आलू साडा अली पते की मैं तो वग जाना बहार हो अगर तेरे नाल गल की ना मैं इसी तो मेरी मजबूरी समझ के बस जे मैं गल कर छड़ी मैंने पता दिया भैणा वाले गल नहीं करेंगे आप मैंने इस गल का सारा चान होना है मैं हूँ तुम अगली गल तो सुनो मेरी मैं चाची नाल गल की थी चाची मैंने दिलासा चली चा उस दिलासा दिता मैंने तो आधी पई है आधी पी मैं तेरे चाचे नाल आपे गल कर ली सा तू जा के सनैन बिरा नाल मिल ला तो उस नाल बेशक गल पक्की कर आ फाइनल कर आ तो हूँ तुम मैं दस छोड़ो बेगा की करना मैं तो यहाँ भी चुप चाप जी निकाह कर सह ना एडा शोर शराबे की जरूरत क्योंकि तुसा भी बाहर जाना इतने खर्चे तुम भी नहीं कर सकते चुप चाप ही करना बस तू मूड इन्हों दो त्रै दिन मैं तो आना कि चलो मैं इसे गल की उम्मीद है तुसा गल बहुत चंगी कर छोड़ी मैं जाके चाची नाल गल करदी करदा तो चाची आख्या मैं जरा ना उस नाल तेरे चाचे नाल आपे गल कर ली सी ठीक है मैं जाके चाची दस ठीक है एक मेहरबानी करी कि निकाह तो बाद कोई काम धंधा करके ना मेरी मकान मेरी बहन को लेके दे छड़ी नहीं नहीं उस गल तुसी टेंशन ना लो फिक्र ना करो मैं इंशाल्लाह सब तो पहले मसला ही और क्योंकि मैं जिते चाचा जिते मैं सुना लेंदा उत्ते मेरी सामानी सुनाने उन्हें कोई घट करना बेफिक्र रहो मैं कर लेंगे ठीक है मेहरबानी मेरी बहन मेरा तो दिल कोई ना हो लेकिन तै तै मगर मजबूर हो कि करदा पिया हूं क्योंकि हुण तू नो कलोंदी तू ना नहीं मैं इस मंगेतर नाल ही कर दूं ठीक ਇਹ ਹੁਣ ਇੱਥੇ ਬਾਹਰ ਤੇ ਆ ਗਈ ਆ ਇੰਜ ਬੈਠਾ ਜਿਵੇਂ ਬੇੜੀਆਂ ਬੋੜ ਕੇ ਮਲਾ ਬੰਦੇ ਨੇ ਉਹ ਐਵੇਂ ਕਿਸੇ ਸੋਚ ਸ਼ਾਮ ਤੇ ਬਸ ਮੁੜ ਗਈ ਕਿਹੜੀਆਂ ਤਾਂ ਸੋਚਾਂ ਪੈ ਗਈਆਂ ਤੇ ਖਾ ਮਖਾ ਦੀਆਂ ਮੇਰਾ ਪੁੱਤ ਥੋੜੀਆਂ ਸੋਚ ਆਉਂਦੀਆਂ ਬੰਦੇ ਨੂੰ ਤੇ ਐਵੇਂ ਟੈਨਸ਼ਨ ਨਾ ਲੈਂਦੇ ਰਹੇ ਮੇਰਾ ਪੁੱਤ ਹੁੰਦੀ ਹੈ ਟੈਨਸ਼ਨ ਨੂੰ ਨਹੀਂ ਨਾ ਲੈਣੀ ਚਾਹੀਦੀ ਟੈਨਸ਼ਨ ਇਹ ਸੋਚਾ ਫਿਕਰਾਂ ਨੂੰ ਬੰਦੇ ਹੁੰਦੀਆਂ ਬੰਦਾ ਬਾਹਰ ਆ ਕੇ ਬਹਿ ਜਾਂਦਾ ਹੁਣ ਕੋਈ ਜ਼ਰੂਰੀ ਨਹੀਂ ਬਣ ਹਰ ਵੇਲੇ ਤਾਂ ਘਰ ਦੇ ਵਿੱਚ ਪਿਆ ਰਹਿਣਾ ਤੂੰ ਬਾਹਰ ਬੈਠਾ ਤੇ ਬੜਾ ਸਿਮੀ ਆ ਬਾਹਰ ਹੀ ਬੈਠੀ ਚੰਗਾ ਕੀਤਾ ਨੇ ਆਵਾਜ਼ ਹੁਣ ਤੂੰ ਮੈਂ ਦੱਸ ਬਈ ਤੈਨੂੰ ਕਿਹੜੀ ਸੋਚ ਹੈ ਬਈ ਕਿਹੜੀ ਸੋਚ ਆਉਂਦੀ ਹੈ ਇਨਸਾਨ ਨੂੰ ਅਸਮਾ ਤੈਨੂੰ ਤਾਂ ਬਹੁਤ ਸੋਚ ਆਉਂਦੀ ਹਾਂ ਗੂੜੀ ਮੇਰੇ ਯਾਰ ਨੂੰ ਆਪਾਂ ਨੂੰ ਇਹਨੇ ਤੇ ਲੜਾਈ ਨਾ ਸ਼ੁਰੂ ਕਰ ਦਿਆ ਤੁਸੀਂ ਉਹ ਨਹੀਂ ਮੇਰਾ ਪੁੱਤ ਲੜਦੇ ਚਾਚੀ ਤਾਰ ਉਹ ਮੈਂ ਮਿਲਣਾ ਹੈ ਅਸਨੈਨ ਨੂੰ ਤੇ ਉਹਦੇ ਨਾਲ ਗੱਲ ਫਾਈਨਲ ਕਰ ਰਹਾ ਹਾਂ ਹਲੋ ਕੀ ਆਖਿਆ ਤੂੰ ਚਾਚੇ ਨਾਲ ਗੱਲ ਕੀਤੀ ਹੈ ਕਰ ਰਹੀ ਨਹੀਂ ਮੈਂ ਤੇ ਨਾਲ ਕੁਝ ਕੀਤੀ ਦੇਖੋ ਤੈਨੂੰ ਮੈਂ ਕਰਨਾ ਹੀ ਰੋਕਿਆ ਬੇ ਤੂੰ ਨਹੀਂ ਸ਼ਾਦੀ ਦੀ ਗੱਲ ਕਰਨੀ ਚਾਚਾ ਉਹ ਮੈਂ ਰੋਕਿਆ ਨਹੀਂ ਰੋਕਿਆ ਕੋਈ ਨਾ ਮੈਂ ਚਾਚੀ ਆਖੇ ਬਜਾ ਕੇ ਗੱਲ ਕਰ ਰਿਹਾ ਬਈ ਕਿਹੜੀ ਚਾਚੀ ਤੇ ਨਾਖਿਆ ਚਾਚੀ ਤੇ ਨਾਖਿਆ ਚਾਚੀ ਚਾਚੀ ਤੇ ਮਾਮੀ ਲੱਗਦੀ ਹੈ ਤੇ ਵੇੜੇ ਦੀ ਇੱਕਾ ਹੀ ਚਾਚੀ ਹੈ ਉਸੇ ਨਹੀਂ ਆਖੇ ਇੱਕਾ ਹੀ ਚਾਚੀ ਲੱਗਦੀ ਤੇ ਮੈਂ ਘਰ ਚ ਮੇਰੀ ਕਦਰ ਹੀ ਕਾਇ ਨਹੀਂ ਤੇ ਹੋਰ ਤੇਰੀ ਕਦਰ ਕੇ ਤੈਨੂੰ ਚਾਕ ਸਿਰ ਤੇ ਬਾਹ ਲਾਵਾਂ ਮੈਂ ਇਸ ਘਰ ਦੀ ਮਾਲਕ ਆ ਮੈਂ ਕੋਈ ਨਹੀਂ ਮੇਰਾ ਕੋਈ ਨਹੀਂ ਹੱਕ ਬਣਦਾ ਨਹੀਂ ਤੂੰ ਇਹਨੂੰ ਗੱਲਿਆ ਬੇਚਰੀ ਦਾ ਆ ਮੈਂ ਗੱਲਿਆ ਤੂੰ ਗੱਲਿਆ ਆ ਮੈਂ ਗੱਲਿਆ ਚਾਚੀ ਉਸ ਤੇਰੇ ਚ ਦਿਮਾਗ ਖੁਦਾ ਦਾ ਖੱਤੂ ਆ ਕੁਝ ਨਹੀਂ ਹੈ ਮੇਰੇ ਵਾਲੇ ਦਿਮਾਗ ਕਿਦੂ ਲਿਆ ਮੋੜ ਤੂੰ ਹਾਂ ਤੂੰ ਅਕਲ ਤੁਹਾਡੇ ਤੂੰ ਨਸਲੇ ਚ ਵਰਤਿੰਦਾ ਪਿਆ ਕਿਉਂ ਇਸ ਨੂੰ ਮੈਂ ਪਾਲ ਕੇ ਜਵਾਨ ਕੀਤਾ ਹੈ ਅੱਛਾ ਇਹ ਮਿਸੇ ਗੱਲ ਜਵਾਨ ਕੀਤਾ ਬਜਾ ਕੇ ਉਹਦੀ ਸ਼ਾਦੀ ਕਰ ਰਿਹਾ ਹੋਰ ਕੀ ਕਰਨਾ ਹੈ ਦੱਸ ਉਹ ਨੂੰ ਕੀ ਕਰੂ ਕੀ ਇਹ ਨਾ ਉੱਪਰ ਨਹੀਂ ਮੰਨਦਾ ਇਹਦਾ ਕਿਉਂ ਕਵਾਬ ਹੈ ਛੱਡੀ ਬਣਿਆ ਖਲੋਤਾ ਕਿ ਮੈਂ ਆਪਣੀ ਧੀ ਦਾ ਰਿਸ਼ਤੇ ਨਹੀਂ ਦੇਵਣਾ ਮੈਂ ਕੋਈ ਨਹੀਂ ਉੱਪਰ ਨਹੀਂ ਮੰਨਦਾ ਬਾਈ ਕੀ ਕਹਿ ਰਿਹਾ ਮੇਰੇ ਘਰ ਠੀਕ ਆ ਨਹੀਂ ਬੈਠੀ ਅੱਛਾ ਇਹ ਕੀ ਪਿਆਨਾ ਮੈਂ ਤੇ ਯਾਰ ਗਲਤ ਹੱਥ ਬਿਠਾ ਜੀ ਮਾਫੀ ਦੀ ਹੈ ਜਨਾਬ ਇਹ ਬਾਹਰ ਨਿਕਲ ਕੇ ਤੇ ਨਹੀਂ ਇਹ ਸੋਚੋ ਸੁਚੇਂਦਾ ਇੱਕ ਗੱਲ ਮੈਂ ਦੱਸ ਚਾਚਾ ਜਿਹੜਾ ਹੁਣ ਤੇ ਮੈਨੂੰ ਘਰ ਬਹਾ ਕੇ ਖਵਾਏ ਉਹਦਾ ਕੀ ਅਜਰ ਮੇਰੇ ਕੋਲ ਲਾਉਂ ਹੈ ਹੈ
यार घर दा पोतर है मेरे घर दी धी नहीं घर दा पोतर नहीं है मैं दास मैं किसे दी बहन नाल पहले गल होई होई होवे पक्की गल कर के ते मोड़ मैं उन छाड़ देवा तो तेरी दी नाल शादी कर लो यार मंगनी होई होई कि तेरे निकाह होए हो यार मंगनी मोड़वी हो कितने अरसे तू मेरे नाम ते बैठी है यार अरसे तू बैठी ते मैं जेड़े तिन जवान के पाल कीता की मैं बैठा कीता अब्बा ते मैं भी बस मैं चाचा एक मैं तन गल दस छड्डा मैं तेरा घर छाड़ देवना पर मैं हुन कोई नहीं छड्डना ए गल तो बहुत गलत कीती है मेरे घर तो छड़ देवना है ਜਿਹੜੀਆਂ ਹੁਣ ਤੱਕ ਤਾਂ ਕੀਤੀਆਂ ਨਾ ਮੈਂ ਚੁੱਪ ਕਰਕੇ ਬਰਦਾਸ਼ਤ ਕੀਤੀ ਰੱਖੀ ਮੇਰੇ ਘਰ ਦੇ ਵਿੱਚ ਮੇਰੇ ਮੂੰਹ ਤੇ ਮਾਰੀ ਖਲੁੱਤਾ ਹੈ ਮੇਰੇ ਘਰ ਚ ਰਹਿ ਕੇ ਜੀਵਨ ਤਾਲਬ ਦੇ ਘਰ ਚ ਰਹਿ ਕੇ ਤੂੰ ਜੀਵਨ ਤਾਲਬ ਨੂੰ ਪਿਆਣਾ ਹੈ ਬਸ ਮੈਂ ਉਹ ਮਕਾਈ ਨੂੰ ਛੱਡਣੀ ਤੇ ਇਹੋ ਮਕਸਦ ਹੈ ਚਾਚਾ ਹੈਕ ਮੈਨੂੰ ਆਪਣੀ ਮਾਂ ਦੀ ਗੱਲ ਦੱਸ ਚਾ ਉਹ ਵੀ ਤਾਂ ਕਿਸੇ ਦੀ ਜੰਮੀ ਹੈ ਨਾ ਜਿਹਨੂੰ ਤੂੰ ਪਿਆਣਾ ਬਈ ਉਹਨੂੰ ਛੱਡ ਦੇ ਤਾਂ ਮੇਰੀ ਧੀ ਲੈ ਲਾ ਅੱਬਾ ਤੇ ਮੈਂ ਵੀ ਇਹਦਾ ਮਤਲਬ ਹੈ ਤੂੰ ਮੇਰੇ ਘਰ ਰੱਖਿਆ ਤਾਂ ਤੂੰ ਆਪਣੇ ਮਤਲਬ ਤੂੰ ਰੱਖਿਆ ਕਿ ਮੇਰੀ ਧੀ ਨਾਲ ਸ਼ਾਦੀ ਕਰੇ ਸੀ ਤੇਰਾ ਮੈਂ ਮਤਲਬ ਨਹੀਂ ਪੂਰਾ ਕਰ ਸਕਦਾ ਮੈਂ ਘਰ ਛੱਡ ਦੇਣਾ ਪਰ ਮੈਂ ਮੁਕੱਦਸ ਨੂੰ ਕੋਈ ਨਹੀਂ ਛੱਡਣਾ ਚਾਚੀ ਉਸ ਆਕੇ ਦੋ ਤਰ੍ਹਾਂ ਦਿਆਣੇ ਦੇ ਵਿੱਚ ਆ ਕੇ ਮੇਰੀ ਬਹਿਣ ਨਾਲ ਨਿਕਾਹ ਕਰ ਬਾਕੀ ਆਪੇ ਸੋਚ ਲੈ ਤੇ ਅੱਬਾ ਮੈਂ ਵੀ ਤੇ ਕਦੀ ਗੱਲ ਸੋਚੀ ਕੋਈ ਨਹੀਂ ਕਿ ਮੇਰੀ ਗੱਲ ਸੁਣਾ ਨਾ ਚੁੱਪ ਕਰ ਮੈਂ ਤੇ ਨਾ ਨਹੀਂ ਇੱਕ ਤਾਂ ਗੱਲ ਛੋਹਰ ਨਾਲ ਉਹਨੂੰ ਕੀਤੀ ਕਰ ਓੜ ਨਾ ਪਿਆ ਕਰ ਅਜੇ ਮੇਰੀ ਆਈ ਥੱਕ ਬਹਿ ਕੇ ਗੱਲ ਸੁਣ ਮੈਂ ਕਹਿ ਪਿਆ ਨਹੀਂ ਕੋਈ ਨਹੀਂ ਤੈਨੂੰ ਸੁਣੀਂਦਾ ਪਿਆ ਇਹ ਮੈਂ ਦੱਸੋ ਹੈ ਉਹੀ ਤਾਂ ਤੂੰ ਬਣਦਾ ਬਹੁ ਅਕਲ ਦਾ ਨਾ ਤੇ ਬੜਾ ਬਣਦਾ ਸਿਆਣਾ ਉਹ ਤਾਂ ਸ਼ਰਮ ਤੇ ਯਾ ਨਹੀਂ ਆਇਆ ਹੈ ਕਿ ਲਾਣਾ ਯਾ ਦੀਨ ਬੂਏ ਤੇ ਬੈਠੀ ਨੂੰ ਗਾਲ ਕਢਾ ਲਈਏ ਕੋਈ ਸ਼ਰਮ ਹੈ ਯਾ ਇਹ ਉਹ ਵੀ ਤਾਂ ਕਿਸੇ ਦੀ ਜੰਮੀ ਹੋਈ ਆ ਮੈਂ ਘਰ ਜਾਂਦੀ ਪਈ ਹਲੋ ਮੇਰੇ ਪੁੱਤ ਤੂੰ ਟੋੜ ਚੱਲ ਮੈਂ ਆਂਦੀ ਪਈ ਘਰ ਵੰਨੀ ਅੱਛਾ ਹੈ ਕੋਈ ਅਕਲ ਤੂੰ ਕੰਮ ਲੈ ਲਿਆ ਕਰ ਮੈਂ ਤਾਂ ਚਲੋ ਬੇਵਕੂਫ ਮੈਂ ਤਾਂ ਤੋ ਬਣਾਇਆ ਹੋਇਆ ਤੂੰ ਅਕਲ ਦਾ ਨਾ ਹੋ ਕੇ ਤੇਰੇ ਅਕਲ ਤੇ ਪਰਦਾ ਕਿਉਂ ਆ ਗਿਆ ਉਹ ਕਿਸੇ ਦੀ ਨਹੀਂ ਜੰਮੀ ਹੋਈ ਹੈ ਨਾਲੇ ਲਿਖੇ ਪਰਨਿੰਦਰ ਮੰਗੇ ਨਹੀਂ ਪਰਨਿੰਦੇ ਉਸ ਕਦੀ ਅੱਜ ਤਾਈਂ ਛੂਆ ਰਾਏ ਐਡਾ ਸਾਰਾ ਅੱਜ ਤਾਂ ਹੁਣ ਮੈਂ ਪਾਲਣ ਸਾਹਮਣ ਲੱਗੀ ਹਾਂ ਉਸ ਅੱਜ ਤੱਕ ਸਾਡੀ ਧੀ ਨੂੰ ਬੁਰੀ ਨਿਗਾਹ ਨਾਲ ਨਹੀਂ ਵੇਖਿਆ ਅੱਜ ਤੂੰ ਪਿਆ ਦੋਵੇਂ ਮੈਂ ਟੁੱਕਰ ਖਵਾ ਕੇ ਤੂੰ ਉਸਤੇ ਅਹਿਸਾਨ ਪਿਆ ਕਰੇ ਨਾ ਪਿਆ ਨਾ ਮੇਰੀ ਧੀ ਲਾਇ ਲਾ ਮੇਰੀ ਤੂੰ ਦਿੰਗੀ ਧੀ ਦੇ ਕੇ ਦਿੰਗੀ ਗਾਲ ਕਢਾਈ ਕੇ ਪੱਲੇ ਛੋੜੇ ਕੋਈ ਸ਼ਰਮ ਆਇਆ ਤੇਰੇ ਵਾਲਾ ਤਾਂ ਖਾਤਾ ਹੀ ਕੋਈ ਨੀ ਜੀਵਨ ਖਾਨ ਤੂੰ ਤਾਂ ਹੁਣ ਉੱਕਾ ਤੇਰ ਮੈਂ ਜੋ ਸਕਿਆ ਖਾਤੇ ਚੋਂ ਨਿਕਲ ਗਿਆ ਮਾਰਿਆ ਮੇਰੇ ਘਰ ਦੇ ਵਿੱਚ ਰਹਿ ਕੇ ਤੈਨੂੰ ਇਤਨਾ ਅਹਿਸਾਸ ਨਹੀਂ ਆਇਆ ਮੈਂ ਤੈਨੂੰ ਪਾਲਿਆ ਸਾਂਭਿਆ ਸਾਰਾ ਕੁਝ ਮੈਂ ਤੇਰੇ ਹਵਾਲੇ ਕੀਤਾ ਤੈਨੂੰ ਪੁੱਤਰ ਬਣਾਇਆ ਤੂੰ ਇਹਨੇ ਮੇਰੇ ਮੂੰਹ ਤੇ ਲਿੱਤਰ ਮਾਰਿਆ ਮੇਰੇ ਘਰ ਦੇ ਵਿੱਚ ਬਹਿ ਕੇ ਅਲੀ ਖਾਨ ਮੈਂ ਜੀਵਨ ਖਾਨ ਹਾਂ ਮੈਂ ਇੱਜ਼ਤ ਆਪਣੇ ਵੱਲ ਕੋਈ ਨਹੀਂ ਵੇਖਣਾ ਤੈਨੂੰ ਮੈਂ ਸਬਕ ਸਿਖਾ ਛੋੜੇ ਸੀ ਤੇਰੇ ਨਾਲ ਮੈਂ ਸ਼ਾਦੀ ਦੋ ਦੀਵਾਰਾਂ 'ਚ ਕਰਨੀ ਅੱਗੇ ਤਰੀਆਂ ਦੀਵਾਰਾਂ 'ਚ ਹੋਣੀ ਆਈ ਆ ਹੁਣ ਦੋ ਦੀਵਾਰਾਂ ਚੌਥੀ 'ਚ ਵੇਖ ਕੇ ਜੀਵਨ ਖਾਨ ਤੇਰੇ ਨਾਲ ਕਰਿੰਦਾ ਕੀ ਬਸ ਚਾਚੀ ਜਿਹੜੀ ਗੱਲ ਚਾਚੇ ਘਰ ਛੱਡੀ ਨਾ ਮੈਂ ਘਰ ਛੱਡ ਕੇ ਜਾਊਂਗਾ ਤੂੰ ਮੈਨੂੰ ਅੱਜ ਤੇ ਮਾਂ ਦਾ ਪਿਆਰ ਦਿੱਤਾ ਚਾਚੇ ਅੱਜ ਜਿਹੜਾ ਨਾ ਮੈਂ ਚਾਚੀ ਤੇਰੀ ਜ਼ਰੂਰ ਆ ਪਰ ਮੈਂ ਮਾਂ ਤੂੰ ਘੱਟ ਕਾ ਹੀ ਨਹੀਂ ਸਮਝ ਆ ਗਈ ਮੈਂ ਤੈਨੂੰ ਹਮੇਸ਼ਾ ਆਪਣਾ ਪੋਤਰ ਸਮਝਿਆ ਤੇ ਤੂੰ ਅੱਜ ਤੂੰ ਚਾਚੇ ਦੀ ਗੱਲ ਦਿਲ ਤੇ ਰੱਖ ਕੇ ਤੂੰ ਵਹਿੰਦਾ ਤੈਨੂੰ ਮੈਂ ਵਾਅਦਾ ਕੀਤਾ ਤੈਨੂੰ ਮੈਂ ਆਖਿਆ ਨਾ ਤੇਰਾ ਚਾਚਾ ਜਾਣੇ ਤੇ ਮੈਂ ਜਾਣਾ ਚਾਚੀ ਮੈਂ ਤੁਸੀਂ ਦੀ ਗੱਲ ਦੱਸਾਂ ਮੈਂ ਕਦੀ ਸਾਦੀ ਨੂੰ ਉਸ ਨਗਰ ਨਾਲ ਵੇਖੇ ਕਦੀ ਨਹੀਂ ਚਾਚਾ ਕਿਵੇਂ ਆਖ ਸਕਦਾ ਇਹਦਾ ਮਤਲਬ ਹੈ ਕਿ ਉਹ ਮੇਰੇ ਕੋਲ ਬਦਲਾ ਲਊਗਾ ਇੱਕ ਜਿਹੜਾ ਇਤਨਾ ਦੇ ਉਸ ਮੈਂ ਰੱਖ ਕੇ ਪਾਲਿਆ ਸਾਂਭੇ ਸੋ ਤਾਂ ਬਦਲਾ ਲਊਗਾ ਮੇਰੇ ਕੋਲ ਮੇਰਾ ਪੁੱਤਰ ਉਹ ਬਸ ਜਜ਼ਬਾਤ ਚਾ ਕੇ ਉਹਦੇ ਮੂੰਹ ਚ ਗੱਲ ਨਿਕਲ ਗਈ ਹੈ ਮੈਂ ਤਾਂ ਜਾਣਦੀ ਹਾਂ ਮੈਨੂੰ ਤਾਂ ਪਤਾ ਹੈ ਨਾ ਭਾਈ ਤੋ ਬਹਿਣ ਤੂੰ ਘੱਟ ਕਦੀ ਨਹੀਂ ਸਮਝਿਆ ਮੈਂ ਤੁਹਾਡੇ ਗੱਲ 'ਚ ਰਹਿ ਕੇ ਕਦੀ ਵੀ ਇਹਦੀ ਇੱਜ਼ਤ ਬੰਦਾ ਨਹੀਂ ਸੋਚਿਆ ਮੈਂ ਹੁਣ ਉਹਦੇ ਨਾਲ ਗੱਲ ਕਰਕੇ ਆਈ ਹਾਂ ਉਹਨ ਮੈਂ ਮਨਾ ਕੇ ਆਈ ਹਾਂ ਤਾਂ ਵੇਖ ਕੁਝ ਮੇਰੇ ਹਾਲ ਵੇਖ ਮੈਂ ਜੋ ਤੈਨੂੰ ਇੱਕ ਵਾਰੀ ਤੇਰਾ ਨਾਲ ਜੋ ਐਦ ਕੀਤਾ ਤੈਨੂੰ ਆਖਿਆ ਮੇਰਾ ਪੁੱਤਰ ਇੱਕ ਵਾਰੀ ਮੇਰੀ ਗੱਲ ਤੇ ਖਲੋ ਤਾਂ ਸਹੀ ਹੈ ਤੇ ਤੂੰ ਚਾਚੀ ਆਪਣੀ ਮਾਂ ਦੀ ਗੱਲ ਕਰੋ ਵੀ ਤਾਂ ਕਿਸੇ ਦੀ ਜੰਮੀ ਹੈ ਨਾ ਉਸ ਦੇ ਸਿਰ ਤੇ ਵੀ ਮਾਂ ਪਿਓ ਕੋਈ ਨਹੀਂ ਇੱਕੋ ਬਿਰਾਦ ਉਸੇ ਨਾਲ ਤੇਰਾ ਨਿਕਾਹ ਕਰੇ ਸਾਂ ਤੇ ਅੱਜੋ ਨਿਕਾਹ ਕਰੇ ਸਾਂ ਅੱਜੋ ਨਿਕਾਹ ਕਰਕੇ ਤੇ ਲੈ ਕੇ ਆਸਾਂ ਹੋਰ ਦੱਸ ਮੋਟਰਾ ਜੀ ਹੈ ਮੈਂ ਇੱਕ ਬਸ ਠੀਕ ਹੈ ਮੈਂ ਹੁਣ ਘਰ ਛੱਡ ਕੇ ਮੈਂ ਕਿਹਾ ਜਾਣਾ ਚਾਚੇ ਨਾਲ ਬਸ ਤੂੰ ਗੱਲ ਕਰ ਲੈ ਤੂੰ ਘਰ ਨਾ ਛੱਡ ਕੇ ਵੈਂਦਾ ਪਿਆ ਸਾਨੂੰ ਜਿੰਦੇ ਮਾਰ ਕੇ ਵੈਂਦਾ ਪਿਆ ਸਾਡਾ ਤੇਰੇ ਸਿਵਾ ਕੌਣ ਹੈ ਉਹ ਤਾਂ ਕਦੀ ਦਾ ਬਿਰੂਟਾ ਬੈਠਾ ਕਾਲ ਮਾਰ ਜਾਵੇ ਮੋੜ
ठीक है चाची, तेरा आख मान के मैं मोड़ ना जांदा। अवाज मेरे पुत्र बिरादर बैग अंदर रख, कमला ना होवे दा, कमला पुत्र जरी एक गल होई है तो टोर पे जाना, मैं वइंदा पे आ। जरी एक गल नहीं ना चाची, बहुत बड़ी गल है। नहीं नहीं ना ना मेरा पुत्र, मैं मेरे जिंदा तो हो नहीं सकदा, मैं नहीं चाहती, मेरा दिल नहीं बर्दाश्त करेंदा। ओ आंदा पे हुणे है ते आज तेरे जड़ा ना निकाह कर दे। चाचा मान गया इसका? हां मान गया, मैं उन मना के आ। बस ठीक है। हां बस मुकद्दस आ गल आई, बड़े मिंता ते बड़े रोले नाल तेन लिया तेन नहीं पता, पर मैं जड़ा ना मैं भी एक नीयत लई है कि मांग मैं भी नहीं छड़नी, कंजूर तो मैं भी नहीं बनना। तेरे मुकद्दर चंगे है ना, के हुण ते नौकरी वालों कोई नहीं पूछ छोड़ो है, हुण वेख लाइक दो पास एवें ते नहीं बंदे आंदे वे, जे हुंदा है ना मुकद्दर ते किस्मत तो बख्त जे होया ते मत्थे रिस्क जेड़ा हुंदा है बीवी दे। अच्छा मेरी गल सुन, हट से केले नहीं, हुण थोड़ा जे टाइम लाग जाणा है, जल्दी आवी ना, मैं देव नहीं लगदा, अम्मी होई जाऊ है ना। हां इस वास्ते परेशान नहीं, दिहाड़ दोपरा भी लाग सकदा है इस वास्ते, ते अम्मी भी जाऊ है, शादियां भी जाऊ है, शादी ते जाऊ है ना, शादियां दी सेली तेरा अपना घर है, कोई मसला मसाइल तो कोई नहीं, ते शादियां दी सेली दी शादी ओदे जाऊ है अम्मी ते, ओ ते मैं हुण तो मैं तने भी नहीं आ सकदा भाई, तू बिराल वाग जावे क्योंकि तेरा बिराह भी इत्थे कोई नहीं। ओ ख्याल नाल बख्त आला वाग गया है, अल्लाह ओदे कारोबार जे है ना इजाफा करे, ते तू टाइम नाल आवी ते गल सुन मेरी, ओ जेरियां मैं सात कला दियां पेनियां वंगा ओ ले आ। बस ठीक है, ओ भी ले आ, चलो कोई नी एक रात जाग भी तो कोई नी रात आ जा। अच्छा ख्याल ना जा। ਸਾਦੀਆ ਮੇਰੇ ਕੋਲ ਤਾਂ ਠਾਉ ਕਰ ਲੇਟ ਆਉਂਦੀ ਪਈ ਹੈ, ਤੇ ਜਲਦੀ ਜਲਦੀ ਤਿਆਰ ਹੋ ਜਾਓ। ਅਮੀ ਹਾਂ ਮੁਕੱਦਸ, ਹਾਂਜੀ ਮੇਰੇ ਬਹੁਤ ਮੈਂ ਅਸੀਂ ਵੇਂਦੀਆਂ ਪਈਆਂ, ਤੇ ਸਾਨੂੰ ਹੋ ਸਕਦਾ ਲੇਟ ਵੀ ਹੋ ਜਾਵੇ, ਤੇ ਦੂਆ ਜਿਹੜਾ ਹੈ ਨਾ ਚਾਚੇ ਦਾ ਖਿਆਲ ਰੱਖੀ ਹੈ, ਹੁਣ ਰੋਟੀ ਛੋਟੀ ਵੀ ਦੇਣੀ, ਤੇ ਉਹ ਹੈ ਥੋੜ੍ਹਾ ਜਿਹਾ ਕਰਾਫਟ ਲੈ ਜਾਏਗਾ ਹੈਂ, खराब हो जाने। मेरी गल सुन चाचा, मेरे को रोटी उसको नहीं खावा, मैं ना सीधे मुंह बोलता कोई नहीं, उस रोटी कोई नहीं लवाई। मेरा पुत्र कमला हो सके, कमले नु घर दे, कमला आखे ना तो बाहर दे, कमला सा दे जहान कोई नहीं लगता, बहल मेरे ना पता नहीं वट के आखदा, मैं तो ओनू कोई दुख नहीं दिता, कोई तकलीफ नहीं दिती, बंदा आप बना लेना, समझदार है तू, गल सीधी ते समझ आ गई है। चलो आज चाचू घर आया ना, ते आज जेड़ा ना ओनु मैं किसे तरह जेड़ा ना आपे वास्ते मुतमिन कर ले। मेरा पुत्र जिते घर दे विच पांच बंदे होवे ना ठीक, ते एक बंदा कौड़ा होवे तो मड़ो एक दी साणी चौकी लग जी है। हां ठीक है, चल हां मैं लेके आ, अच्छा मेरे को लेट होनी पई है, ठीक है, ख्याल रखी घर दा भी, ते अपना भी जेड़ा है ना
ਕਿਦੇ ਮਰ ਗਏ ਨੇ ਸਾਰੇ ਕਿਹੜੀ ਪਾਸੇ ਦਫਾ ਹੋ ਗਏ ਕੋਈ ਹੈ ਆ ਗਿਆ ਚਾਚੂ ਜੀ ਹਾਂ ਆ ਗਿਆ ਮੈਂ ਇੱਥੇ ਮੰਜੀ ਪੈਣੀ ਆ ਤੇ ਮੈਂ ਰੋਟੀ ਤੁਹਾਨੂੰ ਪਾ ਦੇਣੀ ਆ ਰੋਟੀ ਖਾ ਲਵੋ ਸਾਲਾ ਹੀ ਗਰਮ ਹੋਇਆ ਪਿਆ ਮੈਂ ਲਈ ਆਉਂਦੀ ਆ ਤੁਸੀਂ ਆ ਮੰਜੀ ਉਹ ਛੇਕ ਲਓ ਅਲੀ ਹੁਣ ਮੌਕਾ ਆ ਗਿਆ ਤੂੰ ਮੇਰੇ ਘਰ ਚ ਰਹਿ ਕੇ ਨਾ ਮੇਰੇ ਮੂੰਹ ਤੇ ਲਿੱਤਰ ਮਾਰਿਆ ਤੇ ਮੈਂ ਅਜੇ ਆ ਤੇਰਾ ਮੁਕਾਲਾ ਕਰਸਾ ਨਾ ਹੁਣ ਤੇ ਮੇਰਾ ਆਪਣਾ ਵੀ ਹੈ ਪਰ ਮੈਨੂੰ ਆਪਣੇ ਦੀ ਕਾਇ ਨਹੀਂ ਮੈਨੂੰ ਤੇਰੇ ਮੁਕਾਲੇ ਦੇ ਜ਼ਿਆਦਾ ਤੈਨੂੰ ਪਤਾ ਲੱਗ ਗਿਆ ਚਾਚੂ ਜੀ ਕੀ ਹੈ ਚਾਚੂ ਜੀ ਤੁਸੀਂ ਮੇਰੇ ਪਿਓ ਨੂੰ ਬਚਾਓ ਕੀ ਹੋ ਰਿਹਾ ਕੀ ਬੜੇ ਅਜੇ ਪਟਾ ਕੀ ਬੜੇ ਬਸ ਇਹ ਹਾਲ ਹੈ ਸੁਣੀ ਤੇ ਗਲੇ ਚ ਲੱਗੇ ਰਹਿੰਦੇ ਆ ਸਦੇ ਆ ਗਏ ਆ ਕੀ ਬਣਿਆ ਚੱਲ ਯਾਰ ਕੁਝ ਵੀ ਨਹੀਂ ਇੰਨੇ ਮੇਰੇ ਨਾਲ ਲੜੀਏ ਤੇ ਤੂੰ ਦੱਸਣ ਕੀ ਗੱਲ ਦੁਪੱਟਾ ਤੇਰੇ ਹੱਥ ਦੇ ਵਿੱਚ ਤੇ ਲੜੀ ਹੋਏ ਤੂੰ ਕਹਦਾ ਸੀ ਬੜੇ ਦੱਸੇ ਨਾ ਸਹੀ ਸਹੀ ਦੱਸ ਮੈਂ ਤੁਹਾਨੂੰ ਪਿਓ ਸਮਝਦੀ ਆ ਮੂੰ ਅੱਜ ਤੇਰੇ ਰਿਸ਼ਤੇਦਾਰ ਦੇ ਸਾਹਮਣੇ ਨਾ ਤੇ ਵੀ ਅਸਲੀਆ ਤਾਂ ਵੀ ਚਾਹੀਦੀ ਹੈ ਚਾਚਾ ਮੈਂ ਤੈਨੂੰ ਪਿਓ ਨੂੰ ਤੇ ਗੱਡ ਦਵਾਂ ਦੀ ਕਿਉਂਕਿ ਮੇਰੇ ਸੇਲ ਤੇ ਮੇਰਾ ਮਾਂ ਪਿਓ ਕੋਈ ਨਹੀਂ ਮੈਂ ਤੇਰੇ ਵਿੱਚੋਂ ਆਪੇ ਪੇਕ ਕੇ ਵੇਂਦੀ ਆ ਮੂੰ ਤੇ ਤੋ ਯਾਰ ਮੇਰੀ ਸਭ ਤੇ ਹੱਥ ਪਾਵਾਂ ਦੀ ਕੋਸ਼ਿਸ਼ ਕੀਤੀ ਹੈ ਓਏ ਨਾ ਮੇਰਿਆ ਤੋ ਆ ਤਾਲੇ ਮੂੰ ਚੇ ਮੇਰਾ ਪਿਤਰੇ ਰਹੀ ਸੱਕਾ ਹੈ ਤੇ ਮੇਰਾ ਸੱਕਾ ਪਿਤਰੇ ਰਹੀ ਆ ਲੱਖ ਲਾਨਾ ਤੇ ਮੇਰੇ ਉੱਤੇ ਜਿਹੜਾ ਤੈਨੂੰ ਪਿਤਰੇ ਸੱਦਣ ਲੱਗਿਆ ਵੀ ਮੈਨੂੰ ਸ਼ਰਮ ਵੀ ਆਉਂਦੀ ਤੇ ਕੀ ਆਦੀ ਪਈ ਸਹੀ ਆਦੀ ਪਈ ਤੇ ਇੱਥੇ ਦੀ ਕੋਈ ਨਹੀਂ ਆਇਓ ਓਏ ਇੱਥੇ ਦੀ ਕੋਈ ਨਹੀਂ ਅੱਛਾ ਗੱਲ ਹੈ ਤੂੰ ਡੁੱਬ ਕੇ ਮਰ ਜਾ ਕੀ ਬਣਿਆ ਤਾ ਉਹ ਤੇ 6 ਰੁਪਿਆ ਦਾ ਜਿਹੜਾ ਤੁਹਾਡੇ ਘਰ ਆਈ ਤੇ ਬਾਤ ਕੀ ਬਣਿਆ ਮਾਨੂਰ ਆਈ ਤੇ ਬਾਤ ਨੂੰ ਘਰ ਪਾਣੀ ਲੈਣ ਵੀ ਨਹੀਂ ਆਉਂਦਾ ਅੰਮੀ ਜੀ ਬਾਬੀ ਕੀ ਹੋਆ ਕੀ ਹੋਆ ਮੈਂ ਰੋਟੀ ਲਵਾਂ ਗਈ ਆਂ ਤੇ ਇਹਦੇ ਵਾਸਤੇ ਇਹ ਹੈ ਦੇ ਬੱਖੀ ਪਿਓ ਮੇਰੇ ਨਾਲ ਬਦਤਮੀ ਸੀ ਕਿ ਇਹਦੀ ਕੋਸ਼ਿਸ਼ ਕੀਤੀ ਫਿਰ ਉਤਲਾ ਸ਼ੁਤਲਾ ਚੇਕ ਲੈ ਇਸ ਚਾਚਾ ਇਹ ਕੀ ਮੈਂ ਸੁਣਦਾ ਪਿਆ ਚਾਚਾ ਇਹ ਚਾਚਾ ਵੀ ਇਹਨੂੰ ਨਾ ਸਾਥ ਤੇ ਏ ਚਾਚਿਆਂ ਦੀ ਤੂੰ ਹੀ ਨੇ ਇਹ ਚਾਚਾ ਸੱਦੇ ਲੱਗੇ ਚਾਚਾ ਦਾ ਮਤਲਬ ਹੈ ਮੇਰੀ ਸ਼ਾਦੀ ਤਾਂ ਤੂੰ ਸ਼ਾਮਿਲ ਨਾ ਹੋਵੇਂ ਦਿਲ ਦੇ ਵਿੱਚ ਵੈਰ ਰੱਖਿਆ ਹੋਇਆ ਹੈ ਇਹ ਦੱਸ ਇਹ ਉਸ ਇਹ ਤੇ ਦੀਨ ਹੈ ਹੈ ਇਹ ਤੇ ਦੀਨ ਆਈ ਇਹ ਦੀ ਸੱਤੇ ਹੱਥ ਪਾਉਣ ਤੋਂ ਪਹਿਲੇ ਸੋਚਿਆ ਨਾ ਬਈ ਸਾਦੀ ਆ ਆਪਣੀ ਦੀ ਦੇ ਬਾਰੇ ਸੋਚਿਆ ਯਾ ਤੇਰੀ ਦੀ ਤੇ ਉਹਦੇ ਚ ਫਰਕ ਕੋਈ ਨਾ ਆਈ ਉਹ ਤੇਰੀ ਕਿਉਂ ਮਾਤ ਮਾਰੀ ਗਈ ਹਾਂ ਬਸ ਮੁਕੱਦਸ ਰੋ ਨਹੀਂ ਸਾਡੇ ਇਤਰਾ ਮਾਰ ਛੋੜੇ ਯਾ ਤੂੰ ਤਾਂ ਕਿਸੇ ਕਿਸੇ ਨਾ ਬਰਾਦਰੀ ਚ ਬਾਵਣ ਦੇ ਲਾਇਕ ਦਾ ਨਾ ਤੂੰ ਘਰ ਬਾਵਣ ਦੇ ਲਾਇਕ ਦਾ ਇਹ ਕਰਦੇ ਨਹੀਂ ਇਹ ਤਾਂ ਫਾਸੀ ਦੇ ਇਹ ਆ ਸਾਰੇ ਹੁਣ ਵੇਖ ਲਾ ਸਾਰੇ ਚਲ ਵਾਜੇ ਸਾਰੇ ਥੇ ਨਹੀਂ ਪਤਾ ਅਜੇ ਫੈਸਲਾ ਕਰਨਾ ਅੱਜ ਤੋਂ ਬਾਅਦ ਇਸ ਦਾ ਪਿੰਡ ਦੇ ਵਿੱਚ ਰਹਿਣਾ ਬਿਲਕੁਲ ਨਹੀਂ ਹੈ ਇਹਨੂੰ ਕੱਢੋ ਕੋਈ ਬੰਦਾ ਦੇ ਮੂੰਹ ਨਾ ਕੱਢੋ ਬਾਹਰ ਦਵਾ ਤਾਂ ਚਲ ਕੋਈ ਹੋਰ ਆ ਮੁਕਾਲਾ ਕਰਕੇ ਨਾ ਇਹਨੂੰ ਗੁੱਦੇ ਦਬਾ ਕੇ ਸਾਰੇ ਕਿਹਾ ਦੇ ਮੈਂ ਗਾਲੀ ਮੈਂ ਇਸ ਘਰ ਚ ਕੋਈ ਨਹੀਂ ਆਵਾਂ ਜਿੱਤੇ ਮੇਰੀ ਇੱਜ਼ਤ ਮਹਿਫੂਜ਼ ਕੋਈ ਨਹੀਂ ਮੈਨੂੰ ਖੁਦਾ ਦੇ ਨਾਂ ਦੇ ਇੱਥੇ ਤੁਸੀਂ ਇਹ ਤੁਹਾਡੇ ਥੇ ਦਾ ਬੰਦਾ ਜੋ ਤੁਸੀਂ ਮਰਜ਼ੀ ਦੇ ਨਾਲ ਕਰੋ ਚਾਚੀ ਮੈਂ ਆਪਣੀ ਸਮਾਨੇ ਲੈ ਕੇ ਇੱਥੋਂ ਜਾਂਦਾ ਪਿਆ ਤੂੰ ਕਪੜੇ ਪੈਕ ਕਰ ਪਰ ਕੇ ਛੋੜ ਪਰ ਇਸ ਘਰ ਨੂੰ ਮੁਕਾਲਾ ਕਰੋ ਇਹ ਇਹਨੂੰ ਥੇ ਹੀ ਕੱਢੋ ਨਹੀਂ ਸਾਥ ਲੱਗ ਗਿਆ ਨਾ ਸਾਥੀਆ ਸਹੀ ਆਖੇ ਮੇਰਾ ਬੋਤ ਤੂੰ ਹੀ ਸਹੀ ਫੈਸਲਾ ਕੀ 1 ਮਿੰਟ ਚੁੱਪ ਕਰਿਆ ਫੈਸਲਾ ਤੂੰ ਹੀ ਸਹੀ ਕੀਤੀ ਜਾਣਾ ਹੈ ਮੇਰਾ ਘਰ ਵਾਲਾ ਤੇਰਾ ਚਾਚਾ ਬਾਵੇਂ ਅਸ ਭੈੜਾ ਕੀਤਾ ਮੈਂ ਹਮੇਸ਼ਾ ਸਾਥ ਤੇਰਾ ਦਿੱਤਾ ਤੇਰੇ ਜ਼ੁਲਮ ਕੀਤਾ ਤੇ ਭੈੜਾ ਕੀਤਾ ਆਖੂ ਗੋਡ ਕੇ ਮਾਰ ਜਾਵੇ ਲਾਂਤੀ ਤੂੰ ਸਾਨੂੰ ਇਨਸਾਨ ਵੀ ਤੂੰ ਛੋੜੀ ਜਾਣਾ ਹੈ ਸਨ ਮਾਮਾ ਦੇ ਨੂੰ ਵੀ ਛੋੜੀ ਜਾ ਚਾਚੀ ਮੈਂ ਇਹ ਗੱਲ ਤਾਂ ਨਹੀਂ ਅਸੀਂ ਅਸ ਇੱਕ ਮਿੰਟ ਨਾ ਕਰ ਛੋੜੀ ਚਾਚੀ ਇੱਕ ਮਿੰਟ ਇੱਕ ਮੇਰੀ ਗੱਲ ਸੁਣ ਇਹ ਮੈਂ ਦੱਸ ਭਾਈ ਮੈਂ ਹੁਣ ਆਪਣੀ ਮੈਂ ਇਸ ਨੂੰ ਤੇ ਇਤਬਾਰ ਕਰ ਸਕਦਾ ਮੈਂ ਜੋ ਇਹਨ ਛੱਡ ਕੇ ਜਾਵਾਂ ਕੱਲ ਮੇਰੀ ਸਵਾਲ ਇੰਤਜ਼ਾਰ ਦੇ ਛੋੜੇ ਮੋੜ ਮੇਰੀ ਗੱਲ ਮੈਂ ਸੋਹਣਾ ਫੈਸਲਾ ਕਰ ਲੈਂ ਪਰੇਸ਼ਾਨ ਨਾ ਤੂੰ ਕਿਸ ਦਾ ਜਵਾਵਣ ਦਾ ਲੈ ਕੇ ਦਨਾ ਮੇਰੀ ਵਾਸਤੇ ਤੂੰ ਜਿਹੜਾ ਨੋਹ ਦੇ ਬਾਰੇ ਸੋਚ ਸਕਦਾ ਨਾ ਦੀ ਦੇ ਬਾਰੇ ਸੋਚ ਸਕਦਾ ਨਹੀਂ ਹੁਣ ਨਿਕਲ ਮੈਂ ਆਨੀ ਆ ਨਿਕਲ ਜੀ ਦੀ ਕਾਵੜ ਤੂੰ ਮੈਂ ਇਸ ਦੀ ਕਾਵੜ ਚ ਹਾਂ ਲਿਓ ਮੈਂ ਮੈਂ ਉਹਨੂੰ ਹਮੇਸ਼ਾ ਬਹਿਣ ਦੀ ਨਜ਼ਰ ਨਾਲ ਵੇਖਿਆ ਮੈਂ ਕਿਵੇਂ ਉਸ ਤੇ ਲੱਗ ਨਹੀਂ ਜਾਵਾਂ ਤੂੰ ਇਹ ਸੁਣਦੀ ਨਹੀਂ ਪਈ ਹੈ ਕਿ ਉਹ ਅਸੀਂ ਬਾਹਰ ਗਏ ਆ ਇਹ ਤੂੰ ਉਹਦੀ ਇੱਜ਼ਤ ਨੂੰ ਨਹੀਂ ਹੱਥ ਪਾਇਆ ਤੂੰ ਆਪਣੀ ਦੀ ਦੀ ਇੱਜ਼ਤ ਨੂੰ ਪਾ ਮੈਂ ਤਾਂ ਪਿਆ ਨਹੀਂ ਅੱਬਾ ਮੇਰੇ ਲਈ ਤੂੰ ਨਿਕਲ ਸਾਡੀ ਵਾਸਤੇ ਤੂੰ ਮਰ ਗਈ ਸੋਚ ਲੈ ਨਿਕਲ ਹੁਣ ਸਾਰੇ ਥੇ ਦੇ ਵਿੱਚ ਪਤਾ ਲੱਗ ਗਿਆ ਤੇਰਾ ਇੱਥੇ ਰਹਿਣਾ ਮਹਾਲ ਹੈ ਨਿਕਲ ਨਿਕਲ ਮੈਂ ਉਹਨਾਂ ਨੂੰ ਕਿਉਂ ਕੱਟਾਂ ਨਿਕਲ ਨਿਕਲ ਵੱਜੋ ਪਿੱਛੇ ਪਰਤੇ ਹੀ ਕਹਿੰਦਾ ਵੇਖੀ
मैं क्यों अपनी दी ते पुत्त नु इस तो सख्त फैसला चाची और कोई नहीं कर सकदी जेड़ा सा फैसला कर छड्डा है ना ए साडी वास्ते बहुत बेहतर होंगे ते ए साडा घर है चाची मैं हमेशा तुम्हारे नाल ना मेरे पुत्त बिल्कुल नहीं रोना।